SHO ਸਾਹਿਬ, ਤੁਸੀਂ ਕਾਠਗੜ੍ਹ ਥਾਣੇ ਦਾ ਅਹੁਦਾ ਸੰਭਾਲਿਆ ਹੈ ਅਤੇ ਇਹਦੇ ਬਾਰੇ ਦੱਸੋ, ਤੁਸੀਂ ਪਹਿਲਾਂ ਕਿੱਥੇ ਕਰਦੇ ਸੀਗੇ ਅਤੇ ਤੁਹਾਡਾ ਮੇਨ ਫੋਕਸ ਇੱਥੇ ਕੀ ਰਹੇਗਾ ਥਾਣਾ ਕਾਠਗੜ੍ਹ ਦੇ ਇਲਾਕੇ ਦੇ ਪਿੰਡਾਂ ਵਿੱਚ? ਮੈਂ ਇੰਸਪੈਕਟਰ ਹਿਮਾਂਤ ਮਲਹੋਤਰਾ, ਪਹਿਲਾਂ ਮੈਂ SHO ਸਿਟੀ ਵਨ ਥਾਣਾ ਪੋਸਟਰ ਰਿਹਾ ਜੀ, ਉਸ ਤੋਂ ਪਹਿਲਾਂ ਸਦਰ ਰਿਹਾ ਮੈਂ ਅਤੇ ਇੱਥੇ ਮਾਨਯੋਗ SHO ਸਾਹਿਬ ਨੇ ਨਵਾਂਸ਼ਹਿਰ ਮੈਨੂੰ ਇੱਥੇ ਕਾਠਗੜ੍ਹ SHO ਲਾ ਕੇ ਮੈਨੂੰ ਮੌਕਾ ਦਿੱਤਾ ਸੇਵਾ ਦਾ, ਅਤੇ ਮੇਰੀ ਕੋਸ਼ਿਸ਼ ਇਹ ਹੋਊਗੀ ਵੀ ਜ਼ਿਆਦਾਤਰ ਨਸ਼ੇ ਤੋਂ ਮੁਕਤ ਰਹੇ ਔਰ ਜਿਹੜੀਆਂ ਇਲੀਗਲ ਐਕਟੀਵਿਟੀਜ਼ ਜਿਹੜੀਆਂ ਵੀ ਹੋ ਰਹੀਆਂ ਉਹ ਬਿਲਕੁਲ ਬੰਦ ਕੀਤੀਆਂ ਜਾਣ। ਅਤੇ ਹੋਰ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਇੱਥੇ ਦੇ ਇਲਾਕੇ ਦੇ ਲੋਕਾਂ ਨੂੰ? ਲੋਕਾਂ ਨੂੰ ਇਹੀ ਸੁਨੇਹਾ ਵੀ ਕੋਆਪਰੇਟ ਕਰਨ ਪੁਲਿਸ ਨਾਲ, ਕਿਸੇ ਵੀ ਤਰ੍ਹਾਂ ਦੀ ਕੋਈ ਤੁਹਾਨੂੰ ਇਲੀਗਲ ਐਕਟੀਵਿਟੀ ਦਿਖਦੀ ਹੈ ਜਾਂ ਕੋਈ ਨਸ਼ਾ ਵੇਚ ਰਿਹਾ ਜਾਂ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਲੱਗਦਾ ਵੀ ਕ੍ਰਾਈਮ ਕਰ ਰਿਹਾ ਤਾਂ ਬੇਝਿਜਕ ਹੋ ਕੇ ਸਾਨੂੰ ਇਨਫੋਰਮੇਸ਼ਨ ਦਿਓ, ਅਸੀਂ ਉਹਨੂੰ ਡਿਟੈਕਟ ਕਰਕੇ ਫੜਾਂਗੇ ਬਿਨਾਂ ਕਿਸੇ ਪ੍ਰੈਸ਼ਰ ਤੋਂ। ਜਿੱਦਾਂ ਹੁਣ ਇੱਥੇ ਬੱਚੇ ਆ ਸਕੂਟਰ ਮੋਟਰਸਾਈਕਲ ਲਈ ਫਿਰਦੇ, ਕੋਈ ਲਾਇਸੈਂਸ ਨਹੀਂ ਉਹਨਾਂ ਕੋਲ, ਉਹਨਾਂ ਦੇ ਮਾਪਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ? ਸੁਨੇਹਾ ਇਹੀ ਹੈ ਸਟ੍ਰਿਕਟਲੀ ਵੀ ਉਹਨਾਂ ਦੀ, ਦੇਖੋ ਤੁਸੀਂ ਲਾਈਫ ਨਾਲ ਖੇਡ ਰਹੇ ਹੋ, ਅਸੀਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਚਲਾਨ ਵੀ ਕਰਾਂਗੇ ਔਰ ਮੋਟਰ ਨਿਗਲੈਕਟ ਦੇ ਤਹਿਤ ਅਸੀਂ ਪਰਚੇ ਵੀ ਦਰਜ ਕਰਾਂਗੇ। ਬਿਹਤਰ ਇਹੀ ਹੈ ਵੀ ਤੁਸੀਂ ਉਹਨਾਂ ਨੂੰ ਸਿੱਖਿਆ ਦਿਓ ਮੋਟਰ ਨਿਗਲੈਕਟ ਦੀ, ਟ੍ਰੈਫਿਕ ਦੀ, ਤਾਂ ਜੋ ਉਹਨਾਂ ਨੂੰ ਆਪਣਾ ਜਿਹੜਾ ਲਾਈਫ ਨੂੰ ਸੇਫ ਰੱਖੇਗਾ।